ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ ਤੇ ਲਗਾਤਾਰ ਪਾਕਿਸਤਾਨ ਵੱਲੋਂ ਕੀਤੀ ਕੋਈ ਨਾ ਕੋਈ ਨਾਪਾਕ ਹਰਕਤ ਸਾਹਮਣੇ ਆ ਹੀ ਜਾਂਦੀ ਹੈ। ਅਜਿਹੀ ਇੱਕ ਕਰਤੂਤ ਖੇਮਕਰਨ ਸੈਕਟਰ ਵਿੱਚ ਬੀਤੀ ਰਾਤ ਪਾਕਿਸਤਾਨ ਵੱਲੋਂ ਕੀਤੀ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੱਲ੍ਹ ਰਾਤ ਕਰੀਬ 9 ਵਜੇ ਪਿੰਡ ਰਤੋਕੇ 'ਚ ਪਾਕਿਸਤਾਨ ਵੱਲੋਂ ਖੁਫੀਆ ਤੌਰ 'ਤੇ ਇੱਕ ਡਰੋਨ ਭੇਜਿਆ ਗਿਆ ਸੀ, ਜਿਸ ਰਾਹੀਂ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਸੰਬੰਧੀ ਜਸੂਸੀ ਕੀਤੀ ਜਾ ਰਹੀ ਸੀ। ਜਿਵੇਂ ਹੀ ਭਾਰਤੀ ਫੌਜ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਡਰੋਨ ਨੂੰ ਡੇਗਣ ਲਈ ਭਾਰਤੀ ਫੌਜ ਵੱਲੋਂ 3-4 ਗੋਲੇ ਉਸ ਉੱਪਰ ਡਾਗੇ ਗਏ। ਸਥਾਨਕ ਲੋਕਾਂ 'ਚ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਮੁਤਾਬਿਕ ਰਾਤ ਦਾ ਸਮਾਂ ਹੋਣ ਕਰਕੇ ਧਮਾਕਿਆਂ ਦੀ ਆਵਾਜ਼ ਹੋਰ ਵੀ ਤੇਜ਼ ਸੁਣਾਈ ਦਿੱਤੀ, ਜਿਸ ਕਰਕੇ ਲੋਕ ਘਰਾਂ ਤੋਂ ਬਾਹਰ ਆ ਗਏ। ਪਿੰਡ ਵਾਸੀਆਂ ਮੁਤਾਬਿਕ ਡਰਦੇ ਮਾਰੇ ਕਈ ਲੋਕ ਰਾਤ ਹੀ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਹੋਰ ਸੁਰੱਖਿਅਤ ਇਲਾਕਿਆਂ ਵਿੱਚ ਚਲੇ ਗਏ ਹਨ। ਰਾਤ ਕੋਈ ਕਾਫੀ ਦੇਰ ਲੋਕ ਸੌ ਰਹੇ ਸੀ ਸਾਰੇ, ਜਦੋਂ 3 ਧਮਾਕੇ ਹੋਏ ਆ, 1-2-3 ਕਰਕੇ ਦੁਨੀਆ ਪੂਰੀ ਸੜਕਾਂ 'ਤੇ ਆ ਗਈ ਹੈ, ਘਰ ਪੂਰਾ ਪਿੰਡ ਖਾਲੀ ਹੋਣ ਦੇ ਤੌਰ 'ਤੇ ਆ ਗਿਆ ਵਾ। ਕਈ ਲੋਕ ਰਾਤ ਨੂੰ ਹੀ ਆਪਦੀਆਂ ਗੱਡੀਆਂ ਲੈ ਕੇ ਪਿੰਡ ਛੱਡ ਕੇ ਚਲੇ ਗਏ। ਅਤੇ ਕੀ ਹੋਇਆ, ਕੀ ਸੀ ਹੋਇਆ? ਕੋਈ ਪਾਕਿਸਤਾਨ ਦੀ ਤਰਫ ਪਾਸੇ, ਪਾਕਿਸਤਾਨ ਦੇ ਪਰਲੀ ਪਾਸੇ ਕੋਈ ਜਹਾਜ਼ ਦਿਖਾਈ ਦਿੱਤੇ ਆ, ਜਿਹਦੇ ਕਰਕੇ ਧਮਾਕੇ ਹੋਏ ਆ। ਮਤਲਬ ਅਸੀਂ ਇੰਨਾ ਤਾਂ ਨਹੀਂ ਪਛਾਣ ਸਕੇ, ਤਕਰੀਬਨ ਅਸੀਂ ਬਾਹਰ ਸੀਗੇ, ਪਰ ਇੰਨਾ ਜ਼ਰੂਰ ਸੀ ਵੀ ਜਿੱਥੋਂ ਫਾਇਰ ਹੋਇਆ ਰਾਉਂਡ ਜਾਂਦੇ ਉਹਨੂੰ ਜ਼ਰੂਰ ਦੇਖਿਆ ਵੀ ਜਹਾਜ਼ ਦਿਖਾਈ ਦਿੱਤਾ ਜੀ ਗਏ। ਉਹ ਰਾਤੀ ਅੱਧੀ ਰਾਤ ਦਾ ਸਮਾਂ ਸੀ, ਜੋ ਕਿ ਬਹੁਤ ਹੀ ਜ਼ਬਰਦਸਤ ਧਮਾਕਾ ਹੋਏ, 1-2-3 ਕਰਕੇ ਬਹੁਤ ਧਮਾਕੇ ਹੋਏ ਜੀ। ਉਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਫੈਲ ਗਈ ਜੀ, ਸਾਰੇ ਤਕਰੀਬਨ ਘਰਾਂ ਦੇ ਵਿੱਚੋਂ ਲੋਕ ਬਾਹਰ ਆ ਗਏ ਜੀ। ਜਦੋਂ ਬਾਹਰ ਆ ਗਏ ਤਾਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਲੜਾਈ ਦਾ ਮਾਹੌਲ ਬਣ ਗਿਆ ਜੀ। ਉਹਦੇ ਕਾਰਨ ਅਸੀਂ ਮੰਨ ਲਓ ਵੇਖਿਆ, ਮੁੜ ਕੇ ਚਲੋ ਉੱਥੇ ਗਏ, ਉੱਥੇ ਪਤਾ ਲੱਗਾ ਕਿ ਮੰਨ ਲਓ ਲੋਕਾਂ ਦੇ ਕਹਿਣ ਦੇ ਬਾਵਜੂਦ ਵੀ ਕੋਈ ਡਰਾਉਣ ਆਏ ਆ ਪਾਕਿਸਤਾਨ ਦੇ, ਅਤੇ ਉਹ ਆਪਣੀ ਇੰਡੀਅਨ ਆਰਮੀ ਨੇ ਉਹਨਾਂ ਦੇ ਫਾਇਰਿੰਗ ਕੀਤੀ ਆ, ਵੀ ਉਹ ਆਪਣੇ ਇੰਡੀਆ ਦੇ ਵਿੱਚ ਐਂਟਰ ਹੋਣ ਲੱਗੇ ਸੀ, ਉਹ ਇਹਨਾਂ ਨਹੀਂ ਹੋਣ ਦਿੱਤੇ। ਇਸ ਤੋਂ ਬਾਅਦ ਜੀ ਆਪਣੇ ਪੰਜਾਬ ਪੁਲਿਸ ਵੀ, SHO ਸਾਹਿਬ ਵੀ ਉੱਥੇ ਪਹੁੰਚੇ ਆ, ਉਹਨਾਂ ਵੀ ਆਪਦੀ ਜਾਣਕਾਰੀ ਉਹਨਾਂ ਤੋਂ ਲਈ ਆ ਜੀ। ਉਸ ਤੋਂ ਬਾਅਦ ਕਿ ਜੋ 65-71 ਦੇ ਵਿੱਚ ਜੋ ਇਸ ਏਰੀਏ ਦਾ ਨੁਕਸਾਨ ਹੋਇਆ ਜੀ, ਉਹਦੇ ਨੁਕਸਾਨ ਦੇ ਬਾਵਜੂਦ ਅੱਜ ਵੀ ਇਹ ਲੋਕ ਬਹੁਤ ਡਰਦੇ ਮਾਰੇ ਆ ਵੀ 65-71 ਵਾਲੀ ਲੜਾਈ ਨਹੀਂ ਇਹਨਾਂ ਨੂੰ ਭੁੱਲਣ ਡਈ ਜੀ। ਚਲੋ ਅਸੀਂ ਤਾਂ ਨਹੀਂ ਵੇਖੀ, ਜਿਨ੍ਹਾਂ ਨੇ ਉਹ ਲੜਾਈਆਂ ਵੇਖੀਆਂ ਉਹਨਾਂ ਤੋਂ ਜਾਣਕਾਰੀ ਮਿਲਦੀ ਕਿ ਇਹ ਤਾਂ ਕੱਲ੍ਹ ਰਾਤੀ ਛੋਟੇ ਹੀ ਮੰਨ ਲਾ ਧਮਾਕਾ ਹੋਇਆ, ਪਰ ਅਸੀਂ ਸੋਚਦੇ ਕਿ ਜਿਨ੍ਹਾਂ 65-71 ਵਾਲੀ ਲੜਾਈ ਵੇਖੀ ਉਹਨਾਂ ਨੂੰ ਪੁੱਛ ਕੇ ਵੇਖੀਏ, ਬਹੁਤ ਜ਼ਿਆਦਾ ਉਸ ਟਾਈਮ ਦਾ ਨੁਕਸਾਨ ਹੋਇਆ। ਹਜੇ ਤੱਕ ਵੀ ਸਾਡਾ ਜਿਹੜਾ ਏਰੀਆ ਹੈ ਹਜੇ ਵੀ ਡਿਵੈਲਪਮੈਂਟ ਨਹੀਂ ਇਹਦੀ ਹੋਈ, ਅਤੇ ਨਾ ਇਸ ਫਾਰਵਿਡ ਏਰੀਆ ਹੋਇਆ, ਬਹੁਤ ਉਸ ਚੀਜ਼ ਦਾ ਬਹੁਤ ਨੁਕਸਾਨ ਹੋਇਆ ਜੀ। ਇਸ ਤੋਂ ਡਰਦੇ ਹੁਣ ਵੀ ਲੋਕਾਂ ਦੇ ਵਿੱਚ ਰਾਤ ਵੀ ਬਹੁਤ ਰਹਿ ਸੀ, ਤਕਰੀਬਨ ਸਾਡੇ ਇੱਥੇ ਛੋਟੀ ਦੁਕਾਨ ਆ ਪੈਟਰੋਲ ਦੀ, ਉੱਥੇ ਦੁਕਾਨ 'ਤੇ ਹੀ ਸਾਰਾ ਇੰਨੀ ਜ਼ਿਆਦਾ ਰਸ਼ ਬਣ ਗਿਆ ਕਿ ਕੋਈ ਮੋਟਰਸਾਈਕਲ 'ਤੇ ਤੇਲ ਪਵਾਈ ਜਾਵੇ, ਕੋਈ ਮੋਟਰਸਾਈਕਲ ਗੱਡੀਆਂ 'ਚ ਪਵਾਈ ਜਾਵੇ, ਤਕਰੀਬਨ ਕੁਛ ਤੋਂ ਲੋਕ ਪਿੰਡ ਦੇ ਨਿਕਲ ਗਏ ਆ, ਚਲੇ ਗਏ ਆ, ਅਤੇ ਬਾਕੀ ਬਹੁਤ ਰਾਤ ਸਾਰੀ ਦਹਿਸ਼ਤ ਦੇ ਵਿੱਚ ਕੱਢੀ। ਉਧਰ ਫੌਜ ਵੱਲੋਂ ਅਜਿਹੀ ਕਿਸੇ ਵੀ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ। ਖੇਮਕਰਨ ਤੋਂ ਹੀਰਾ ਕੰਡਾ, ਖਬਰ ਹਰਪਲ ਇੰਡੀਆ ਲਈ।